सत श्री अकाल दोस्तों, तुसी जुड़े हो पंजाब नेशन न्यूज़ के नाल। मैं हाँ जसबीर सिंह। बीते कई दिनों तो हुशियारपुर शहर तो लापता हुए दो विद्यार्थियों को हुशियारपुर पुलिस ने लभ के मापिया के हवाले करने की सफलता हासिल की है। इस संबंधी स्थानक पुलिस लाइन हुशियारपुर कॉन्फ्रेंस में संबोधित करते हुए जिला पुलिस मुखी सरताज सिंह चाल ने दसिया कि नवंबर के महीने की 25 तरीक न उक्त दोवें विद्यार्थी घरों स्कूल गए थे, परंतु स्कूल नहीं पहुँचे तो लापता हो गए। इस तो बाद पुलिस वालों मामला दर्ज करके जांच शुरू की गई सी। बच्चों नूं लभण लई वख-वख टीमां दा गठन किया गया सी। उन्होंने दस्सिया कि अज हुशियारपुर पुलिस ने उक्त दोवां विद्यार्थियों नूं सही सलामत मुकेरियां तो बरामद करके मापिआं दे हवाले कर दिता गया है। SSP सरताज सिंह चाल ने दस्सिया कि दोवें विद्यार्थी पढ़ाई च कमजोर होण कारण अते पेपरां तों डर तों घरों चले गए सी। इस मौके उन्होंने होर विद्यार्थियों नूं भी अपील की कि वह अपनी पढ़ाई वल विशेष ध्यान दें ते कदे भी अजिहा कदम ना चुकन। बाकी तुसी भी देखो पंजाब नेशन तो जसबीर सिंह की विशेष रिपोर्ट। ਬਾਈ ਨੂੰ ਦੋ ਬੱਚੇ ਜਸਕਰਨ ਤੇ ਧਰੁਵ ਆਪਣੇ ਘਰ ਤੋਂ ਲਾਪਤਾ ਹੋ, ਦੋਨੋਂ ਕਲਾਸ 10 ਦੇ ਸਟੂਡੈਂਟਸ ਨੇ। ਉਸ ਤੋਂ ਬਾਅਦ ਇਹਨਾਂ ਦੇ ਪੇਰੈਂਟਸ ਤੇ ਕੰਪਲੇਂਟ ਮਿਲਣ ਤੇ ਅਸੀਂ ਅਗਲੇ ਦਿਨ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕੀਤਾ ਅੰਡਰ ਸੈਕਸ਼ਨ 346 ਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਵੱਖ-ਵੱਖ ਟੀਮਾਂ ਦੇ ਗੱਡਾ ਗਠਨ ਵੀ ਕੀਤਾ ਗਿਆ। ਉਹਨਾਂ ਟੀਮਾਂ ਨੂੰ ਸਫਲਤਾ ਮਿਲੀ ਹੈ ਤੇ ਦੋਨੋਂ ਬੱਚੇ ਬਿਲਕੁਲ ਤੰਦਰੁਸਤੀ ਨਾਲ। ਮਿਤੀ 25/11/2022 ਨੂੰ ਦੋ ਬੱਚੇ ਜਸਕਰਨ ਤੇ ਧਰੁਵ ਆਪਣੇ ਘਰ ਤੋਂ ਲਾਪਤਾ ਹੋਏ ਸੀ। ਇਹਨਾਂ ਦੋਨਾਂ ਦੀ ਉਮਰ ਤਕਰੀਬਨ 14-15 ਸਾਲ ਹੈ ਤੇ ਦੋਵੇਂ ਕਲਾਸ 10th ਦੇ ਸਟੂਡੈਂਟਸ ਨੇ। ਅਗਲੇ ਦਿਨ ਹੀ ਇਹਨਾਂ ਦੇ ਪੇਰੈਂਟਸ ਤੋਂ ਸੂਚਨਾ ਮਿਲਣ ਤੋਂ ਬਾਅਦ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ ਧਾਰਾ 346 ਦੇ ਤਹਿਤ IPC ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਤੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ। ਡਿਫਰੈਂਟ ਟੀਮਸ ਦਾ ਗਠਨ ਕੀਤਾ ਗਿਆ ਜੋ DSP ਸਿਟੀ ਅਤੇ SHO ਮਾਡਲ ਟਾਊਨ ਦੀ ਸੁਪਰਵਿਜ਼ਨ ਹੇਠ ਲਗਾਤਾਰ ਕੰਮ ਕਰ ਰਹੀਆਂ ਸੀ ਅਤੇ ਹੁਣ ਬੱਚੇ ਦੋਵੇਂ ਤੰਦਰੁਸਤੀ ਅਤੇ ਚੰਗੀ ਹਾਲਤ ਦੇ ਵਿੱਚ ਬਰਾਮਦ ਕਰ ਲਏ ਗਏ ਨੇ। ਉਸ ਅਸੀਂ ਪਾਲ ਲਏ ਸੀ ਅਤੇ ਉਹ ਘਰ ਉਹਨਾਂ ਦੇ ਘਰ ਵਾਲਿਆਂ ਨੂੰ ਸੌਂਪ ਦਿੱਤੇ ਗਏ ਨੇ ਅਤੇ ਬੱਚੇ ਜੋ ਪਤਾ ਚੱਲਿਆ ਮੁੱਢਲੇ ਤੌਰ 'ਤੇ ਗਏ ਸੀ ਘਰੋਂ ਕਿਉਂਕਿ ਉਹਨਾਂ 'ਤੇ ਇਗਜ਼ਾਮ ਦਾ ਕੁਝ ਪ੍ਰੈਸ਼ਰ ਸੀ। ਅਤੇ ਇਸ ਮਾਧਿਅਮ ਰਾਹੀਂ ਮੈਂ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਪੇਰੈਂਟਸ ਨੂੰ ਕਿ ਉਹ ਆਪਣੇ ਪੇਰੈਂਟ ਆਪਣੇ ਬੱਚਿਆਂ ਦੇ ਨਾਲ ਅੱਛਾ ਤਾਲਮੇਲ ਬਣਾ ਕੇ ਰੱਖਣ ਅਤੇ ਬੱਚੇ ਕਿ ਅਗਰ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਕੋਈ ਪੜ੍ਹਨ ਲਿਖਣ ਵਾਸਤੇ ਕਹਿਣ ਤਾਂ ਉਹ ਤੁਹਾਡੀ ਬਿਹਤਰੀ ਵਾਸਤੇ ਹੈ। ਇਹ ਬਿਨਾਂ ਪੁੱਛੇ ਬਿਨਾਂ ਦੱਸੇ ਘਰੋਂ ਭੱਜ ਜਾਣਾ ਆਪਣੇ ਆਪ ਨੂੰ ਜਾਂ ਤਾਂ ਆਪਣੀ ਜਾਨ ਨੂੰ ਜੋਖਿਮ ਵਿੱਚ ਪਾਉਣਾ ਸਾਬਿਤ ਹੋ ਸਕਦਾ ਹੈ, ਉਹ ਸਹੀ ਕਦਮ ਨਹੀਂ ਹੈ। ਇਹ ਜਿਹਾ ਬਿਲਕੁਲ ਨਾ ਕਰਿਓ। ਆਪਣੇ ਮਾਂ ਬਾਪ ਨਾਲ, ਭੈਣ ਭਰਾਵਾਂ ਨਾਲ, ਦੋਸਤਾਂ ਨਾਲ ਗੱਲ ਕਰੋ ਅਤੇ ਆਪਣਾ ਜੋ ਅਗਰ ਮਨ 'ਤੇ ਬੋਝ ਹੈ ਉਸਨੂੰ ਹਲਕਾ ਕਰੋ, ਲੇਕਿਨ ਕੋਈ ਵੀ ਗਲਤ ਕਦਮ ਨਾ ਚੁੱਕੋ। ਬੱਚੋ, ਆਲ ਦਾ ਬੈਸਟ। ਮੁਕੇਰੀਆਂ ਦੇ ਵਿੱਚ ਇੱਕ ਮੈਰਿਜ ਪੈਲਸ ਤੋਂ ਬੱਚੇ ਸਾਨੂੰ ਲੱਭੇ ਨੇ ਅਤੇ ਅਸੀਂ ਉਹਨਾਂ ਨੂੰ ਹੁਣ ਵਾਪਸ ਲੈ ਆਏ ਹਾਂ। ਨਹੀਂ, ਉਹ ਸਾਰਾ ਹੁਣ ਅਸੀਂ ਜੋ ਬੱਚਿਆਂ ਨਾਲ ਹੋਰ ਡੂੰਘਾਈ ਨਾਲ ਗੱਲ ਕਰਾਂਗੇ ਤਾਂ ਪਤਾ ਚੱਲੇਗਾ ਇਹ ਕਿੱਥੇ ਕਿੱਥੇ ਗਏ, ਬਟ ਇਹ ਬਿਲਕੁਲ ਸੇਫ ਐਂਡ ਸਾਊਂਡ ਸੀ ਅਤੇ ਠੀਕ ਹਾਲਤ ਵਿੱਚ ਸੀ। ਇਹ ਜਿਹਾ ਕੁਛ ਵੀ ਹਲੇ ਸਾਹਮਣੇ ਨਹੀਂ ਆਇਆ ਹੈ, ਐਸਾ ਬਿਲਕੁਲ ਵੀ ਨਹੀਂ ਹੈ। ਜਿੰਨਾ ਵੀ ਸਾਡੇ ਕੋਲ ਇਨਪੁਟ ਆਇਆ ਤੇ ਸਾਡੀ ਤਫਤੀਸ਼ ਵਿੱਚ ਵੀ ਬੱਚੇ ਖੁਦ ਹੀ ਗਏ ਸੀ, ਦੋਨੋਂ ਬਿਲਕੁਲ ਠੀਕ ਨੇ। ਬਲਵਿੰਦਰ ਕੌਰ, ਬੱਚੇ ਸਹੀ ਸਲਾਮਤ ਵਾਪਸ ਪਹੁੰਚ ਚੁੱਕੇ ਨੇ, ਕਿਸ ਤਰ੍ਹਾਂ ਵੇਖਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਕਾਰਗੁਜ਼ਾਰੀ ਸੀ, ਬਹੁਤ ਇਹਨਾਂ ਨੇ ਕੀਤਾ, ਬੱਚਿਆਂ ਨੂੰ ਲੱਭਣ ਵਿੱਚ ਹੈਲਪ ਕਾਫੀ ਕੀਤੀ ਸਾਡੀ, ਤੇ ਅੱਜ ਉਹਨਾਂ ਦੇ ਥਰੂ ਹੀ ਸਾਨੂੰ ਬੱਚੇ ਮਿਲ ਗਏ ਨੇ। ਸੇਫ ਪੂਰੀ ਤਰ੍ਹਾਂ? ਹਾਂਜੀ ਹਾਂਜੀ, ਬਿਲਕੁਲ ਸੇਫ ਨੇ ਬੱਚੇ ਦੋਨੋਂ। ਪੁਲਿਸ ਦਾ ਕਿਸ ਤਰ੍ਹਾਂ ਦਾ ਸਾਥ ਰਿਹਾ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਪੁਲਿਸ ਵੀ? ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਸਾਥ ਰਿਹਾ ਇਹਨਾਂ ਨੇ ਸਾਡੀ, ਕਾਫੀ ਮਦਦ ਕੀਤੀ ਹੈ। SSP ਸਾਹਿਬ, SP ਸਾਹਿਬ ਜੋ ਵੀ ਨੇ ਡਿਪਾਰਟਮੈਂਟ 'ਚ, ਸਭ ਨੇ ਸਾਡੀ ਮਦਦ ਕੀਤੀ ਹੈ। ਜਿਹੜੇ ਹੋਰ ਬੱਚੇ ਆ, ਜਿਵੇਂ ਕਿ ਦੱਸਿਆ SSP ਸਾਹਿਬ ਨੇ ਕਿ ਪ੍ਰੈਸ਼ਰਾਈਜ਼ ਹੋ ਕੇ ਬੱਚੇ ਘਰੋਂ ਚਲੇ ਗਏ ਸੀ ਐਗਜ਼ਾਮ ਦੇ ਤਰ੍ਹਾਂ, ਸੋ ਬੱਚਿਆਂ ਨੂੰ ਕੀ ਮੈਸੇਜ, ਤੁਸੀਂ ਉਹਨਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ? ਬਸ ਇਹੀ ਹੈ ਕਿ ਇੱਦਾਂ ਦੀ ਗਲਤੀ ਨਾ ਕਰਨ, ਆਪਣੇ ਪੇਰੈਂਟਸ ਨਾਲ ਗੱਲ ਕਰਨ ਕਿ ਸਾਡੇ ਇੰਨੇ ਘੱਟ ਨੰਬਰ ਆ ਸਕਦੇ ਆ, ਬਟ ਇਹ ਹੈ ਕਿ ਘਰੋਂ ਇਹ ਸਟੈਪ ਨਾ ਚੱਕਣ ਕਿ ਅਸੀਂ ਜਾ ਰਹੇ ਹਾਂ ਘਰੋਂ ਚੱਕ ਇੱਦਾਂ ਕਰ ਛੱਡ ਕੇ।